ਮੁੱਦੇ ਕੀ ਬਾਤ ਵਿੱਚ ਅੱਜ ਚਰਚਾ ਕਰ ਰਹੇ ਹਾਂ ਕਿ ਸਵਾਲਾਂ ਦੇ ਵਿੱਚ ਹੈ ਪੰਜਾਬ ਸਰਕਾਰ ਦੀ ਹਵਾਈ ਯਾਤਰਾ, ਕਿਉਂਕਿ 50 ਕਰੋੜ ਰੁਪਏ ਪਿਛਲੇ 4 ਸਾਲਾਂ ਵਿੱਚ ਖਰਚ ਕੀਤੇ ਗਏ ਨੇ। ਆਰਟੀਆਈ ਜ਼ਰੀਏ ਖੁਲਾਸਾ ਹੋਇਆ, ਤੁਸੀਂ ਤੁਹਾਡੇ ਕੋਲੋਂ ਹੁਣ ਸਵਾਲ ਪੁੱਛਿਆ ਸੀ ਕਿ ਕੀ ਪੰਜਾਬ ਸਰਕਾਰ ਦੀ ਇਸ ਹਵਾਈ ਯਾਤਰਾ ਵਿੱਚ ਸੂਬੇ ਦੀ ਜਨਤਾ ਦੀ ਕਮਾਈ ਦੀ ਦੁਰਵਰਤੋਂ ਹੋਈ ਹੈ। ਤੁਸੀਂ ਸਾਡੇ ਨਾਲ ਜੁੜ ਸਕਦੇ ਹੋ SMS ਜ਼ਰੀਏ ਜਾਂ ਫਿਰ ਸਾਨੂੰ ਕਾਲ ਵੀ ਕਰ ਸਕਦੇ ਹੋ। ਸਾਡੇ ਨਾਲ ਕਾਲਰ ਜੁੜ ਗਏ ਨੇ ਰਣਜੋਤ ਮੋਗਾ ਤੋਂ। ਰਣਜੋਤ ਜੀ ਸਵਾਗਤ, ਤੁਹਾਡਾ ਕੀ ਕਹਿਣਾ ਚਾਹੁੰਦੇ ਹੋ ਤੁਸੀਂ? ਹੈਲੋ ਜੀ ਰਣਜੋਤ ਜੀ, ਆਪਣੀ ਰਾਏ ਰੱਖੋ। ਨਮਸਕਾਰ ਜੀ। ਨਮਸਕਾਰ ਜੀ ਰਣਜੋਤ ਜੀ, ਆਪਣੇ ਟੀਵੀ ਦੀ ਆਵਾਜ਼ ਬਿਲਕੁਲ ਬੰਦ ਕਰਕੇ ਸਾਡੇ ਨਾਲ ਗੱਲ ਕਰੋ ਸਿੱਧੀ, ਤੁਹਾਡੀ ਆਵਾਜ਼ ਜ਼ਰੂਰ ਆਏਗੀ। ਟੀਵੀ ਕਰਕੇ ਪ੍ਰੋਬਲਮ ਆਉਂਦੀ ਹੈ। ਸਰ ਮੈਂ ਇਹ ਕਹਿਣਾ ਚਾਹੁੰਦਾ ਵੀ ਇਹ VIP ਸਰ ਕਲਚਰ ਬੰਦ ਹੋਣਾ ਚਾਹੀਦਾ। ਜਿਵੇਂ ਤੁਸੀਂ ਹਵਾਈ ਦੱਸਿਆ ਵਾ ਜੀ, ਇਹ ਤਾਂ 50 ਕਰੋੜ ਹੈ ਜੀ। ਇਹ ਗੱਡੀਆਂ ਦਾ ਕਾਫਲਾ ਜੇ ਤੁਹਾਨੂੰ RIT ਦੱਸੇਗੀ ਤਾਂ ਬਹੁਤ ਜ਼ਿਆਦਾ ਹੋਵੇਗਾ ਸਰ, ਚਾਹੇ ਕਾਂਗਰਸ ਸਰਕਾਰ ਹੈ, ਚਾਹੇ ਅਕਾਲੀ ਦਲ ਹੈ, ਚਾਹੇ ਦਿੱਲੀ ਦੇ ਵਿੱਚ ਆਮ ਆਦਮੀ ਪਾਰਟੀ ਹੈ। ਆਪਣੀ ਰਾਏ ਰੱਖੋ। ਹਾਂਜੀ, ਅਸੀਂ ਜੀ ਇਹ ਰਾਏ ਦਿੰਦੇ ਹਾਂ ਮਨਜੀਤ ਸਿੰਘ ਨੂੰ ਪੁੱਛਦੇ ਹਾਂ, BJP ਵਾਲਿਆਂ ਨੂੰ। ਇਹ ਕਹਿੰਦੇ ਸਰਕਾਰੀ ਕੰਮਾਂ ਵਾਸਤੇ ਵਰਤੇ ਜਾਂਦੇ ਆ ਤੇ ਇਹ ਜੋ ਆਪਣੇ ਮੋਗਾ ਚ ਡੇਰੇ ਆ, ਡੇਰਿਆਂ ਤੇ ਵੀਰਵਾਰ ਜੀ 2-3 ਡੇਰੇ ਲਾ ਗਏ ਆ, ਉਹ ਮਤਲਬ ਇੱਥੇ ਸਰਕਾਰੀ ਕੰਮ ਕਿਹੜਾ ਹੁੰਦਾ ਜੀ? ਠੀਕ ਹੈ, ਬਹੁਤ ਬਹੁਤ ਧੰਨਵਾਦ ਆਪਣੀ ਰਾਏ ਰੱਖਣ ਦੇ ਲਈ। ਤਾਂ ਕਿਤੇ ਨਾ ਕਿਤੇ ਕਾਲਰ ਜਿਹੜੇ ਨੇ VIP ਕਲਚਰ ਦੇ ਉੱਪਰ ਸਵਾਲ ਚੱਕ ਰਹੇ ਨੇ ਤੇ ਬਾਗ ਨਾਲ ਹੀ ਜੋ ਕਹਿ ਰਹੇ ਕਿ ਡੇਰਿਆਂ ਦੇ ਗੇਰੇ ਜੇ ਲੱਗਦੇ ਨੇ ਤਾਂ ਉੱਥੇ ਸਰਕਾਰੀ ਕੰਮ ਨਹੀਂ ਹੁੰਦਾ, ਉੱਥੇ ਕਿਤੇ ਨਾ ਕਿਤੇ ਨਿੱਜੀ ਕੰਮ ਲਈ ਹੈ, ਤੇ ਇਹ ਸਵਾਲ ਜਿਹੜੇ ਚੱਕੇ ਗਏ ਹੈ। ਸਾਡੇ ਨਾਲ 3 ਮਹਿਮਾਨ ਲਗਾਤਾਰ ਜੁੜੇ ਹੋਏ ਨੇ, ਮਨਜੀਤ ਸਿੰਘ ਰਾਏ ਜੀ, ਗੁਰਵਿੰਦਰ ਸਿੰਘ ਬਾਲੀ ਜੀ, ਹਿੰਮਤ ਸਿੰਘ ਸ਼ੇਰਗਿੱਲ ਜੀ। ਅਸੀਂ ਉਹਨਾਂ ਕੋਲੋਂ ਵੀ ਸਵਾਲ ਪੁੱਛ ਰਹੇ ਹਾਂ। ਗੁਰਵਿੰਦਰ ਸਿੰਘ ਬਾਲੀ ਜੀ, ਜਿਹੜਾ ਤੁਹਾਡੇ ਉੱਪਰ ਵੀ ਜਿਹੜਾ ਤੁਹਾਡੀ ਪਾਰਟੀ ਉੱਪਰ ਵੀ ਇਲਜ਼ਾਮ ਲਗਾਇਆ ਗਿਆ ਕਿ ਵਿਦੇਸ਼ੀ ਦੌਰੇ ਹੈ, ਤੁਹਾਡੇ ਨੇਤਾਵਾਂ ਨੇ ਵੀ ਕੀਤੇ ਇਲਾਜਾਂ ਲਈ ਕੀਤੇ ਤਾਂ ਉੱਥੇ ਵੀ ਕੋਈ ਖਰਚਾ ਜਿਹੜਾ ਹੈ ਉਸਦਾ ਹਿਸਾਬ ਨਹੀਂ ਦਿੱਤਾ ਗਿਆ। ਅਤੇ ਨਾਲ ਹੀ ਜਿਹੜਾ ਮੈਂ ਤੁਹਾਡੀ ਰਾਏ ਇਸ 'ਤੇ ਵੀ ਲੈਣਾ ਚਾਹੂੰਗਾ, ਜਿਹੜਾ ਉਹਨਾਂ ਨੇ ਕਿਹਾ ਕਿ ਕੋਈ ਵੀ ਨੇਤਾ ਕਿਤੇ ਵੀ ਜਾਂਦਾ ਤਾਂ ਉਹ ਸਰਕਾਰੀ ਹੀ ਦੌਰਾ ਹੁੰਦਾ। ਨਹੀਂ, ਇਹ ਗੱਲ ਦੇ ਨਾਲ ਬਿਲਕੁਲ ਵੀ ਆਪਾਂ ਸਹਿਮਤ ਨਹੀਂ। ਮੈਂ ਤੁਹਾਨੂੰ ਪਹਿਲੇ ਵੀ ਇਹ ਗੱਲ ਕਹੀ ਹੈ। ਦੂਸਰੀ ਗੱਲ, ਮੈਂ ਇਹਨਾਂ ਦੀ ਗੱਲ ਤੇ ਚੈਲੰਜ ਕਰਦਾ ਬਿਲਕੁਲ। ਮੁੱਖ ਮੰਤਰੀ ਪੰਜਾਬ ਦਾ ਮਾਨਯ ਪ੍ਰਕਾਸ਼ ਸਿੰਘ ਬਾਦਲ ਜੀ ਹੋਣ ਜਾਂ ਕੈਪਟਨ ਅਮਰਿੰਦਰ ਸਿੰਘ ਸਾਹਿਬ ਹੋਣ ਜਾਂ ਕੋਈ ਵੀ ਹੋਵੇ, ਉਹਨਾਂ ਦੇ ਤੇ ਉਹਦੇ ਵਿੱਚ ਇਹ ਗੱਲ ਆਉਂਦੀ ਹੈ ਕਿ ਉਹ ਬਹੁਤ ਬਿਜ਼ੀ ਹੁੰਦੇ ਨੇ, ਸ਼ਾਇਦ ਲੋਕਾਂ ਦੇ ਸ਼ਹਿਰਾਂ ਦੇ ਵਿੱਚ ਜਾਣ 'ਚ ਜਾਂ ਲੋਕਾਂ ਦੇ ਵਿੱਚ ਆਉਣ ਦੇ ਵਿੱਚ। ਤੇ ਅਸੀਂ ਉਹ 'ਚ ਸਹਿਮਤ ਹਾਂ ਇਸ ਗੱਲ ਦੇ ਵਿੱਚ ਕਿ ਮਾਨਯ ਮੁੱਖ ਮੰਤਰੀ ਜੀ ਤਾਂ ਜਾ ਸਕਦੇ ਨੇ, ਉਹ ਕੋਈ ਵੀ ਮੁੱਖ ਮੰਤਰੀ ਹੋਣ। ਅਗਰ ਇਹ ਇੱਕ ਵੀ ਸਾਬਤ ਕਰ ਦੇਣ ਅਮਰਿੰਦਰ ਸਿੰਘ ਦੀ ਗੌਰਮੈਂਟ ਦੇ ਵਿੱਚ ਕਿ ਉਹਨਾਂ ਦੇ ਕਿਸੇ ਵੀ ਮੰਤਰੀ ਨੇ ਵਿਦੇਸ਼ ਦੇ ਵਿੱਚ ਜਾ ਕੇ ਦੌਰਾ ਕੀਤਾ ਹੋਵੇ ਤੇ 32 ਸਾਲ ਦੀ ਪਾਰਟੀ ਦੀ ਸਰਵਿਸ ਹੁਣੇ ਰਿਜ਼ਾਈਨ ਕਰ ਦੇਣਗੇ ਤੁਹਾਡੇ TV ਦੇ ਉੱਤੇ, ਇਹ ਝੂਠ ਇਲਜ਼ਾਮ ਲਾਉਂਦੇ ਨੇ। ਮੈਂ ਮੁੱਖ ਮੰਤਰੀ ਜੀ ਦੀ ਗੱਲ ਹੀ ਨਹੀਂ ਕਰ ਰਿਹਾ ਇਸ ਚੀਜ਼ ਦੇ ਵਿੱਚ, ਮੁੱਖ ਮੰਤਰੀ ਜੀ ਦੇ ਅਦਾਰੇ 'ਚ ਆਉਂਦੀ ਇਹ ਚੀਜ਼। ਮੁੱਖ ਮੰਤਰੀ ਜੀ ਬਹੁਤ ਬਿਜ਼ੀ ਨੇ, ਮਾਨਯ ਪ੍ਰਕਾਸ਼ ਸਿੰਘ ਬਾਦਲ ਜੀ 5 ਵਾਰੀ ਮੁੱਖ ਮੰਤਰੀ ਰਹਿ ਚੁੱਕੇ ਨੇ ਔਰ ਬਜ਼ੁਰਗ ਵੀ ਨੇ, ਆਪਾਂ ਮੰਨ ਲਈਏ ਅਗਰ ਉਹ ਚਲੇ ਵੀ ਗਏ ਨੇ ਤਾਂ ਨੋ ਪ੍ਰੋਬਲਮ, ਜਾ ਸਕਦੇ ਨੇ ਉਹ। ਆਪਾਂ ਇਹ ਸੋਚੀਏ ਕਿ ਸਾਡੇ ਮੰਤਰੀ ਚਲੇ ਜਾਣ, ਸਾਡੇ ਸੈਕਟਰੀ ਚਲੇ ਜਾਣ, ਸਾਡੇ IPS ਅਫਸਰ ਚਲੇ ਜਾਣ, ਬਿਲਕੁਲ ਰੋਂਗ। ਇਹ ਜਿਹੜਾ VIP ਕਲਚਰ, ਜਿਹੜੇ ਹੁਣ ਸੱਜਣ ਸਾਹਿਬਾਨ ਨੇ ਗੱਲ ਕਹੀਏ, ਇਹ ਬਿਲਕੁਲ ਬੰਦ ਹੋਣਾ ਚਾਹੀਦਾ। 50-50 ਗੱਡੀਆਂ, 100-100 ਗੱਡੀਆਂ, ਉਹ ਹਰੇਕ ਪਾਰਟੀ ਬਾਰੇ ਜ਼ਿਕਰ ਕਰ ਰਿਹਾ ਜਿਹੜੇ ਕਾਲਰ ਸੀ, ਹਰੇਕ ਪਾਰਟੀ ਦੇ ਕਹਿ ਰਹੇ ਸੀਗੇ ਪੂਰੀ ਤਰ੍ਹਾਂ ਹਰੇਕ ਸਿਆਸੀ ਪਾਰਟੀ 'ਚ ਹੋਣਾ ਚਾਹੀਦਾ। ਮੈਂ ਦੇਖੋ, ਮੈਂ ਬਲਵਿੰਦਰ ਜੀ, ਨਹੀਂ, ਮੈਂ ਬਲਵਿੰਦਰ ਜੀ ਤੁਹਾਨੂੰ ਪੰਜਾਬ ਦੀ ਗੱਲ ਕਰ ਰਿਹਾ, ਜਦ ਇਹ ਦਿੱਲੀ ਦੀ ਗੱਲ ਕਰਨ ਮੈਂ ਦਿੱਲੀ ਦਾ ਜਵਾਬ ਦੇ ਦਿੰਦਾ ਇਹਨਾਂ ਨੂੰ। ਠੀਕ ਹੈ, ਜੇ ਅਗਰ ਪੰਜਾਬ ਦੇ ਅੰਦਰ ਕੋਈ ਬੰਦਾ ਮੁੱਖ ਮੰਤਰੀ ਜੀ ਅਮਰਿੰਦਰ ਸਿੰਘ ਸਨ, ਅਗਰ ਉਹਨਾਂ ਨੇ ਕਿਸੇ ਨੂੰ ਜਹਾਜ਼ ਦਿੱਤਾ ਹੋਵੇ, ਅਸੀਂ ਉਹਦੇ ਜ਼ਿੰਮੇਦਾਰ ਹਾਂ, ਅਸੀਂ ਨਾਲ ਸੀ ਉਸ ਵੇਲੇ ਵੀ ਸਰਕਾਰ। ਠੀਕ ਹੈ, ਤੁਹਾਡਾ ਜਵਾਬ ਮੈਂ ਅੱਗੇ ਵੀ ਨਾਲ। ਠੀਕ ਹੈ, ਆਮ ਆਦਮੀ ਪਾਰਟੀ ਉੱਪਰ ਵੀ ਇਲਜ਼ਾਮ ਲੱਗੇ ਨੇ। ਠੀਕ ਹੈ, ਓਕੇ, ਤੁਸੀਂ ਵੀ ਬਹੁਤ ਸਾਰੀਆਂ ਚੀਜ਼ਾਂ ਕਹੀਆਂ ਸੀ, ਲਵਾਂਗੇ ਨਹੀਂ, ਪਰ ਬਾਅਦ 'ਚ ਖਰਚਾ ਤੁਸੀਂ ਪਾਇਆ, ਬੋਝ ਪਾਇਆ ਜਨਤਾ ਦੇ ਉੱਪਰ, ਇਹ ਜਿਹੜਾ ਇਲਜ਼ਾਮ ਲਗਾਇਆ ਗਿਆ, ਤੁਹਾਡਾ ਕੀ ਜਵਾਬ ਹੈ ਇਸ ਦੇ ਉੱਪਰ ਸ਼ੇਰਗਿੱਲ ਜੀ? ਦੇਖੋ ਜੀ, ਮੈਂ ਸਾਰੀਆਂ ਤੁਹਾਨੂੰ ਗੱਲਾਂ ਇੱਥੇ ਰੱਖਣੀਆਂ ਚਾਹੁੰਦਾ। ਪਹਿਲੀ ਗੱਲ, ਜਿਹੜੀ ਅੱਜ ਦਾ ਜਿਹੜਾ ਵਿਸ਼ਾ ਹੈਗਾ ਉਹ ਹੈਗਾ ਹਵਾਈ ਯਾਤਰਾ। ਅਰਵਿੰਦ ਕੇਜਰੀਵਾਲ ਜੀ ਵੀ ਦਿੱਲੀ ਤੋਂ ਚੰਡੀਗੜ੍ਹ ਆਉਂਦੇ ਆ। ਇੱਥੇ ਮੁੱਦਾ ਕੀ ਆ? ਇੱਥੇ ਮੁੱਦਾ ਹੈਗਾ ਚਾਰਟਰਡ ਫਲਾਈਟਸ, ਸਪੈਸ਼ਲ ਫਲਾਈਟਾਂ, ਉਹਦੇ ਸਿਰਫ ਚੀਫ ਮਿਨਿਸਟਰ ਤੇ ਮੰਤਰੀ ਇਹ ਆਪ ਹੀ ਬੈਠਦੇ ਆ, ਹੋਰ ਨਹੀਂ ਕੋਈ ਹੁੰਦਾ। ਜਦੋਂ ਅਰਵਿੰਦ ਕੇਜਰੀਵਾਲ ਜੀ ਆਉਂਦੇ ਆ, ਉਹ ਸੈਂਕੜਾ ਲੋਕ ਹੋਰ ਵੀ ਬੈਠੇ ਹੁੰਦੇ ਆ ਉਸ ਫਲਾਈਟ 'ਚ ਆਉਂਦੇ ਆ, ਜਿਹਦੇ 'ਚ ਆਮ ਲੋਕੀ ਵੀ ਬਹੁਤ, ਕਈ ਹੰਡਰਡਸ ਆਫ ਪੀਪਲ ਟਰੈਵਲ ਉਹਦੇ 'ਚ ਆਉਂਦੇ ਆ। ਇਹ ਤਾਂ ਸਪੈਸ਼ਲ ਫਲਾਈਟਾਂ ਹੈ, ਤਾਂ ਕਰਕੇ ਇਹ 50 ਕਰੋੜ ਤੋਂ ਇਹ ਉੱਪਰ ਖਰਚੇ ਆਏ ਆ। ਜਿੱਥੋਂ ਤੱਕ ਇਹ ਇਸ ਵੇਲੇ ਜਿਹੜੀ ਆਪਾਂ ਗੱਲਾਂ ਕਰ ਰਹੇ ਹਾਂ ਉਹ ਆਪਾਂ ਏਅਰ ਟਰੈਵਲ ਦੀ ਗੱਲ ਕਰ ਰਹੇ ਹਾਂ। ਜਿੱਥੋਂ ਤੱਕ ਉਹਨਾਂ ਦਾ ਘਰ ਲੈਣ ਦਾ ਸਵਾਲ ਹੈਗਾ, ਜਿਹੜਾ ਅਰਵਿੰਦ ਕੇਜਰੀਵਾਲ ਜੀ ਨੇ ਘਰ ਲਿਆ, ਉਹ ਆਪਣੀ ਇੰਟਾਈਟਲਮੈਂਟ ਤੋਂ ਕਿਤੇ ਛੋਟਾ ਘਰ ਲਿਆ। ਸ਼ੀਲਾ ਦੀਕਸ਼ਿਤ, ਸੁਸ਼ਮਾ ਸਵਰਾਜ, ਜਿੰਨੇ ਵੀ ਹੋਰ BJP ਦੇ ਚੀਫ ਮਿਨਿਸਟਰ ਹੋਏ, ਸਾਹਿਬ ਸਿੰਘ ਵਰਮਾ, ਹੋਰ ਮਦਨ ਲਾਲ ਖੁਰਾਣਾ, ਕਿਤੇ ਛੋਟਾ ਘਰ ਲਿਆ। ਤੇ ਜਿਹੜਾ ਇੱਥੇ ਮੁੱਦਾ ਹੈ, ਮੁੱਦਾ ਇਹ ਕਿ ਇੱਥੇ ਪਰਪਸ ਆਫ ਫਲਾਈਟ ਕੰਸੀਲ ਕੀਤਾ ਗਿਆ ਹੈ। ਮਤਲਬ ਜੇ
ਅਰਵਿੰਦ ਜੀ ਨੇ ਤਾਂ ਬਹੁਤ ਛੋਟਾ ਘਰ ਲਿਆ ਕੰਪੈਰੀਟਿਵਲੀ ਜੋ ਬਾਕੀ ਨਹੀਂ ਉਹ ਉਹਨਾਂ ਦਾ ਪਰ ਇਸ ਦੇ ਉੱਪਰ ਦੋ ਹੈਗੇ ਆ ਜੋ ਸ਼ੇਰਗਿਲ ਜੀ ਪਰਪਸ ਆਫ ਫਲਾਈਟ ਤੁਸੀਂ ਸੁਣਿਆ ਮੈਂ ਸਵਾਲ ਉਹਨਾਂ ਨੂੰ ਪੁੱਛਿਆ ਸੀ ਇਹ ਵਾਲਾ ਉਹਨਾਂ ਨੇ ਕਿਹਾ ਕਿ ਜਦੋਂ ਕੋਈ ਵੀ ਮੰਤਰੀ ਜਾਂਦਾ ਤਾਂ ਉਹ ਸਿਰਫ ਸਰਕਾਰੀ ਕੰਮ ਲਈ ਜਾਂਦਾ ਹੈ ਜਾਂ ਇੰਪਲੋਇਡ ਹੀ ਹੁੰਦਾ ਮੈਂ ਜਿਹੜੀ ਤੁਹਾਨੂੰ ਗੱਲ ਕਹਿ ਰਿਹਾ ਨਹੀਂ ਬਿਲਕੁਲ ਨਹੀਂ ਉਹ ਆਪਣੀਆਂ ਪੋਲੀਟੀਕਲ ਰੈਲੀਜ਼ ਵਾਸਤੇ ਜਾਂਦੇ ਆ ਉਹ ਪ੍ਰਾਈਵੇਟ ਵਿਜ਼ਿਟਸ ਵਾਸਤੇ ਜਾਂਦੇ ਆ ਉਹ ਆਪਣੀ ਪਾਰਟੀ ਦੀ ਪ੍ਰਮੋਸ਼ਨ ਵਾਸਤੇ ਜਾਂਦੇ ਆ ਜੇ ਉਹ ਆਪਣੀ ਪਾਰਟੀ ਦੀ ਪ੍ਰਮੋਸ਼ਨ ਵਾਸਤੇ ਜਾਣ ਆਪਣੇ ਕਿਸੇ ਪ੍ਰਾਈਵੇਟ ਵਿਜ਼ਿਟ ਵਾਸਤੇ ਜਾਣ ਮੈਂ ਲੀਗਲੀ ਇਹ ਗੱਲ ਕਹਿ ਰਿਹਾ ਉਹ ਸਟੇਟ ਦੇ ਐਕਸਚੇਕਰ ਤੋਂ ਖਜ਼ਾਨੇ ਤੋਂ ਇੱਕ ਰੁਪਈਆ ਵੀ ਨਹੀਂ ਲੈ ਸਕਦੇ ਇਸੇ ਕਰਕੇ ਮੇਰੀ ਡਿਮਾਂਡ ਹੈਗੀ ਆ ਆਮ ਆਦਮੀ ਪਾਰਟੀ ਦੀ ਡਿਮਾਂਡ ਆ ਕਿ ਇੱਕ ਜੁਡੀਸ਼ੀਅਲ ਇਨਕੁਆਇਰੀ ਹੋਵੇ ਕਿ ਕਿਹੜੇ ਕਿਹੜੇ ਦਿਨ ਕਿੱਥੇ ਕਿੱਥੇ ਫਲਾਈਟਾਂ ਹੋਈਆਂ ਸੀਗੀਆਂ ਕਿਉਂਕਿ ਪਰਪਸ ਆਫ ਫਲਾਈਟ ਇਜ਼ ਮਿਸਿੰਗ ਉਹ ਨਹੀਂ ਦਿੱਤਾ ਗਿਆ ਉਹਦੀ ਕੰਸੀਲਮੈਂਟ ਹੋ ਰਹੀ ਆ ਸੋ ਇੱਕ ਜੁਡੀਸ਼ੀਅਲ ਇਨਕੁਆਇਰੀ ਹੋਵੇ ਕਿੱਥੇ ਕਿੱਥੇ ਫਲਾਈਟ ਹੋਈ ਸੀਗੀ ਕਿ ਉਹ ਸਰਕਾਰੀ ਕੰਮਾਂ ਵਾਸਤੇ ਸੀਗੀ ਲੋਕਾਂ ਦੇ ਕੰਮਾਂ ਵਾਸਤੇ ਸੀ ਕਿ ਉਹ ਆਪਣੀ ਪਾਰਟੀ ਦੇ ਕਿਸੇ ਏਜੰਡੇ ਨੂੰ ਫਾਰਵਰਡ ਕਰਨ ਵਾਸਤੇ ਮਨਜੀਤ ਸਿੰਘ ਰਾਏ ਜੀ ਉਹ ਆਪਣੇ ਕਿਸੇ ਪ੍ਰਾਈਵੇਟ ਵਿਜ਼ਿਟ ਵਾਸਤੇ ਜੇ ਤੁਸੀਂ ਇੰਨੇ ਕੰਫੀਡੈਂਟ ਹੈਗੇ ਹੋ ਕਿ ਅਰਵਿੰਦ ਕੇਜਰੀਵਾਲ ਜੀ ਟ੍ਰੈਵਲ ਕਰਦੇ ਆ ਠੀਕ ਹੈ ਸ਼ੇਰਗਿਲ ਜੀ ਜੇ ਤੁਸੀਂ ਇੰਨੇ ਕੰਫੀਡੈਂਟ ਹੈਗੇ ਹੋ ਕਿ ਜਿੰਨਾ ਵੀ ਯੂਜ਼ ਹੋਇਆ ਹੈ ਉਹ ਸਰਕਾਰੀ ਕੰਮ ਲਈ ਹੀ ਹੋਇਆ ਹੈ ਤੇ ਫਿਰ ਜੇ ਇਹ ਕਹਿ ਰਹੇ ਕਿ ਜੁਡੀਸ਼ੀਅਲ ਇਨਕੁਆਇਰੀ ਹੋਣੀ ਚਾਹੀਦੀ ਤਾਂ ਫਿਰ ਕਰਵਾ ਲਓ ਕੀ ਫਰਕ ਪੈਂਦਾ ਜੇ ਤੁਸੀਂ ਸੱਚੇ ਹੈਗੇ ਸਾਰਾ ਕੁਝ ਸਹੀ ਹੈ ਤਾਂ ਫਿਰ ਕੀ ਫਰਕ ਪੈਂਦਾ ਜਾਂਚ ਦੇ ਵਿੱਚ ਸਹੀ ਆ ਜਾਏਗਾ ਸਭ ਕੁਝ ਬਲਵਿੰਦਰ ਜੀ ਮੈਂ ਇਸ ਗੱਲ ਦਾ ਵੀ ਜਵਾਬ ਦਿਆਂਗਾ ਪਹਿਲਾਂ ਬੱਲੀ ਜੀ ਨੇ ਔਰ ਇਹ ਸਾਥੀ ਸ਼ੇਰਗਿੱਲ ਜੀ ਨੇ ਵੀ ਇੱਕ ਗੱਲ ਕਹੀ ਕਿਸਾਨਾਂ ਦੀ ਔਰ ਸੁਸਾਈਡ ਦੇ ਉੱਪਰ ਮੈਂ ਤੁਹਾਨੂੰ ਦੱਸ ਦੇਵਾਂ ਪਿਛਲੇ ਦਿਨ ਹੀ ਸਾਪਲਾ ਜੀ ਨੇ ਇੱਕ ਕਮੇਟੀ ਸਾਡੀ 3 ਮੈਂਬਰੀ ਗਠਿਤ ਕੀਤੀ ਹੈ ਵੀ ਜਿਹੜੇ ਸੁਸਾਈਡ ਹੋਏ ਉੱਥੇ ਤੁਸੀਂ ਜਾ ਕੇ ਵਿਜ਼ਿਟ ਕਰਕੇ ਆਓ ਜੀ ਔਰ ਉੱਥੇ ਅਸੀਂ ਘਰਾਂ 'ਚ ਗਏ ਆ ਬਰਨਾਲਾ ਅਸੀਂ ਖਬਰ ਚਲਾ ਰਹੇ ਆ ਅਸੀਂ ਬਰਨਾਲਾ ਦੇ ਚਾਰ ਅਸੀਂ ਹਾਂ ਉਹ ਖਬਰ ਦੇਖੀ ਬਰਨਾਲਾ ਵਿੱਚ ਤੁਸੀਂ ਗਏ ਸੀ ਇੱਕ ਮਿੰਟ ਸੰਗਰੂਰ ਵਿੱਚ ਤੁਸੀਂ ਗਏ ਸੀ ਤੁਸੀਂ ਵੀ ਉੱਥੇ ਗਏ ਸੀ ਇਹ ਸਭ ਨੂੰ ਪਤਾ ਅਸੀਂ ਚਲਾਈ ਹੈ ਖਬਰ ਤੁਹਾਡੀ 99.9% ਕੋਈ ਵੀ ਪੋਲੀਟੀਕਲ ਪਾਰਟੀ ਵਾਲਾ ਨੁਮਾਇੰਦਾ ਉੱਥੇ ਨਹੀਂ ਗਿਆ ਅੱਜ ਇੱਥੇ ਆ ਕੇ ਟੀਵੀ ਦੀ ਡਿਬੇਟ ਤੇ ਕਿਸਾਨਾਂ ਦੀ ਹਤਾਸ਼ੀ ਅੱਜ ਆਪਾਂ ਅਸੀਂ ਵੀ ਗਏ ਮੈਂ ਇਹ ਕਹਿਣਾ ਚਾਹੁੰਦਾ ਮਨਜੀਤ ਰਾਏ ਜੀ ਮਨਜੀਤ ਸਿੰਘ ਰਾਏ ਜੀ ਇੱਕ ਜਿਹੜਾ ਸਵਾਲ ਆਪਾਂ ਉਸ ਦੇ ਉੱਪਰ ਰਹੀਏ ਮੈਂ ਇਹ ਇਸ ਤਰ੍ਹਾਂ ਲੱਗਦਾ ਬਾਲੀ ਜੀ ਠੀਕ ਹੈ ਮੈਂ ਜਵਾਬ ਮੈਂ ਕਰ ਰਿਹਾ ਗੱਲ ਉਹਨਾਂ ਨਾਲ ਮੈਨੂੰ ਗੱਲ ਕਰ ਲੈਣ ਦਿਓ ਜਿਹੜੀ ਮੈਂ ਗੱਲ ਕਰ ਰਿਹਾ ਕਿ ਜੇ ਆਪਾਂ ਇੱਦਾਂ ਗੱਲਾਂ ਕਰਾਂਗੇ ਤਾਂ ਜਿਹੜਾ ਅੱਜ ਦਾ ਮੁੱਦਾ ਉਹ ਕਿਤੇ ਪਿੱਛੇ ਰਹਿ ਜਾਏਗਾ ਇਲਜ਼ਾਮਬਾਜ਼ੀਆਂ ਤਾਂ ਹਮੇਸ਼ਾ ਹੀ ਹੁੰਦੀਆਂ ਸਾਰੇ ਬੋਲਦੇ ਆ ਮੈਂ ਇਹ ਨਹੀਂ ਕਹਿੰਦਾ ਮੈਂ ਕਿਸੇ ਵੀ ਜਿਹੜਾ ਇਲਜ਼ਾਮ ਨੂੰ ਮੈਂ ਮਨਜੀਤ ਸਿੰਘ ਰਾਏ ਜੀ ਮੈਂ ਕਿਸੇ ਵੀ ਇਲਜ਼ਾਮ ਨੂੰ ਸਪੋਰਟ ਨਹੀਂ ਕਰ ਰਿਹਾ ਅਸੀਂ ਕਿਸੇ ਨੂੰ ਵੀ ਸਪੋਰਟ ਨਹੀਂ ਕਰ ਰਹੇ ਬਿਲਕੁਲ ਮੈਂ ਨਹੀਂ ਕਿਹਾ ਕਦੇ ਛੋਟੀਆਂ ਛੋਟੀਆਂ ਗੱਲਾਂ ਲੈ ਕੇ ਮਹਾਰਾਜ ਤੁਸੀਂ ਕਹਿ ਰਹੇ ਹੋ ਤੁਸੀਂ ਕਹਿ ਰਹੇ ਹੋ ਤੁਸੀਂ ਕਮਾਲ ਦੀ ਗੱਲ ਕਰ ਤੁਸੀਂ ਕਮਾਲ ਚਲੋ ਮੈਂ ਬੇਨਤੀ ਕਰਦਾ ਮੈਂ ਬਾਲੀ ਜੀ ਮੈਂ ਬੇਨਤੀ ਕਰਦਾ ਪਲੀਜ਼ ਮੈਨੂੰ ਗੱਲ ਕਰ ਲੈਣ ਦਿਓ ਮਨਜੀਤ ਸਿੰਘ ਰਾਏ ਜੀ ਨਾਲ ਤੁਸੀਂ ਕਿਤੇ ਨਹੀਂ ਗਏ ਠੀਕ ਹੈ ਮਨਜੀਤ ਸਿੰਘ ਰਾਏ ਜੀ ਮੈਂ ਤੁਹਾਡੇ ਕੋਲੋਂ ਸਿੱਧਾ ਸਵਾਲ ਪੁੱਛ ਰਿਹਾ ਮੈਂ ਉਹਨਾਂ ਦੇ ਨਾਲ ਕੋਈ ਜੋੜ ਨਹੀਂ ਰਿਹਾ ਕਿਸੇ ਨਾਲ ਵੀ ਜਿਹੜੀ ਗੱਲ ਹੋ ਰਹੀ ਹੈ ਤੁਸੀਂ ਕਹਿ ਰਹੇ ਹੋ ਕਿ ਸਰਕਾਰੀ ਪਰਪਸ ਲਈ ਹੀ ਯੂਜ਼ ਹੋਇਆ ਸਾਰਾ ਕੁਝ ਠੀਕ ਹੈ ਅਸੀਂ ਮੰਨ ਲੈਂਦੇ ਹਾਂ ਤਾਂ ਫਿਰ ਜੇ ਜੁਡੀਸ਼ੀਅਲ ਜਾਂਚ ਹੋ ਜਾਏਗੀ ਤਾਂ ਕੀ ਪ੍ਰੋਬਲਮ ਹੈ ਜਿਹੜੇ ਅਫਸਰ ਨੇ ਪਾਸ ਕੀਤਾ ਜੀ ਉਹ ਅਫਸਰ ਨੇ ਪਾਸ ਬਿਨਾਂ ਵੈਰੀਫਿਕੇਸ਼ਨ ਤੋਂ ਥੋੜੀ ਕੀਤਾ ਹੋਊਗਾ ਇਹ ਆਪਾਂ ਕਹਿ ਦਈਏ ਕਿ ਹਰੇਕ ਕੰਮ ਲਈ ਜੁਡੀਸ਼ੀਅਲ ਇਨਕੁਆਇਰੀ ਲਾ ਦਿਓ ਇਹ ਇਹਨਾਂ ਦਾ ਕਹਿਣਾ ਮੈਂ ਕਹਿੰਦਾ 526 ਕਰੋੜ ਦੀ ਇਹਨਾਂ ਦੀ ਜੁਡੀਸ਼ੀਅਲ ਇਨਕੁਆਇਰੀ ਲਾ ਦਿਓ ਦਿੱਲੀ ਦੇ ਵਿੱਚ ਕਿਉਂ ਇਹਨਾਂ ਨੇ ਇਸ਼ਤਿਹਾਰ ਦਿੱਤੇ ਹੈਗੇ ਆ ਕਿਆ ਇਹ ਉੱਥੇ ਜੁਡੀਸ਼ੀਅਲ ਇਨਕੁਆਇਰੀ ਲਾਉਣਗੇ ਜਦੋਂ ਕਿ ਸ਼ੀਲਾ ਦੀਕਸ਼ਿਤ ਦੇ ਸਮੇਂ 25 ਕਰੋੜ ਰੁਪਈਆ ਸੀਗਾ ਐਡਵਰਟਾਈਜ਼ਮੈਂਟ ਵਾਸਤੇ ਇਹਨਾਂ 526 ਕਰੋੜ ਐਲੋਕੇਸ਼ਨ ਕੀਤੀ ਹੈ ਕਿਉਂ ਕੀਤੀ ਹੈ ਕਿਆ ਉੱਥੇ ਜੁਡੀਸ਼ੀਅਲ ਇਨਕੁਆਇਰੀ ਲੱਗੇਗੀ ਮਨਜੀਤ ਸਿੰਘ ਰਾਏ ਜੀ ਦੇਖੋ ਪਹਿਲਾਂ ਬੋਲਦੇ ਹੁੰਦੇ ਸੀ ਕਹਿੰਦੇ ਸੀ ਸਾਡੇ ਕੋਲ ਫਾਈਲ ਮਨਜੀਤ ਸਿੰਘ ਰਾਏ ਜੀ ਇਹ ਡਿਕਲੇਅਰਡ ਖਰਚਾ ਨਹੀਂ ਸੀ ਉਹ ਡਿਕਲੇਅਰਡ ਖਰਚਾ ਹੈ ਇਹ ਡਿਕਲੇਅਰਡ ਖਰਚਾ ਨਹੀਂ ਸੀ ਇਹ ਆਰਟੀਆਈ ਜ਼ਰੇ ਨਿਕਲਿਆ ਖਰਚਾ ਤੁਸੀਂ ਸਮਝੋ ਇਹ ਗੱਲ ਮੇਰੀ ਮੈਂ ਜਿਹੜਾ ਤੁਹਾਨੂੰ ਸਵਾਲ ਪੁੱਛ ਰਿਹਾ ਇਹ ਡਿਕਲੇਅਰਡ ਖਰਚਾ ਨਹੀਂ ਸੀ ਇਹ ਖਰਚਾ ਹੈ ਉਹ ਖਰਚਾ ਜਿਹਦੇ ਕੋਈ ਹਿਸਾਬ ਕਿਤਾਬ ਵੀ ਨਹੀਂ ਹੈ ਕਿ ਕਿਉਂ ਵਰਤਿਆ ਗਿਆ ਇਹ ਇਸ ਕਰਕੇ ਸਵਾਲ ਹੈ ਸਵਾਲ ਮੈਂ ਤਾਂ ਤੁਹਾਨੂੰ ਦੱਸਿਆ ਆਫਟਰ ਵੈਰੀਫਿਕੇਸ਼ਨ ਜਿਹੜਾ ਅਫਸਰ ਨੇ ਪਾਸ ਕੀਤਾ ਔਰ ਐਵੇਂ ਅਫਸਰ ਕਿਵੇਂ ਪਾਸ ਕਰੇਗਾ ਜਿਹੜਾ ਖਜ਼ਾਨੇ ਚੋਂ ਪੈਸਾ ਨਿਕਲਿਆ ਹੋਇਆ ਉਹ ਮੰਤਰੀ ਇਹ ਬਿੱਲ ਦੀਆਂ ਕਾਪੀਆਂ ਜਿਹੜੀਆਂ ਬਿੱਲ ਦੀਆਂ ਕਾਪੀਆਂ ਵੀ ਹੈ ਸਾਡੇ ਕੋਲ ਉਹ ਬਿੱਲ ਦੀ ਕਾਪੀ ਵਿੱਚ ਪਰਪਸ ਲਿਖਿਆ ਹੀ ਨਹੀਂ ਹੋਇਆ ਅਫਸਰ ਹੁੰਦੇ ਇਹ ਪਰਪਸ ਲਿਖਿਆ ਹੀ ਨਹੀਂ ਹੋਇਆ ਦੂਸਰਾ ਅਫਸਰ ਹੁੰਦਾ ਹੈ ਸਾਰਿਆਂ ਨੇ ਉਹਨਾਂ ਦੀ ਜ਼ਿੰਮੇਵਾਰੀ ਹੈ
ਸਰਕਾਰ ਦੀ ਕੋਈ ਜ਼ਿੰਮੇਵਾਰੀ ਨਹੀਂ ਹੈ? ਅਫਸਰ ਨੇ ਨਹੀਂ ਲਿਖਿਆ ਤੇ ਦੇਣ ਹੀ ਇਜ਼ ਰਿਸਪੋਨਸੀਬਲ ਫॉर दैट। ਸਰਕਾਰ ਦੀ ਕੋਈ ਜ਼ਿੰਮੇਵਾਰੀ ਨਹੀਂ ਹੈ ਮਨਜੀਤ ਜੀ? ਸਰਕਾਰ ਦੀ ਕਿਸ ਕਿਸ ਗੱਲ ਦੀ? ਮੰਤਰੀ ਤਾਂ ਜਾ ਰਿਹਾ, ਮੰਤਰੀ ਜਾ ਰਿਹਾ, ਮੰਤਰੀ ਜਾ ਰਿਹਾ, ਅਫਸਰ ਨੇ ਕੰਮ ਕਰਨਾ। ਅਫਸਰ ਦੀ ਜ਼ਿੰਮੇਵਾਰੀ ਉਹ ਭਰੇ ਉਸ ਕਾਲਮ ਨੂੰ। ਤੇ ਫਿਰ ਅਫਸਰ ਨੂੰ ਤੁਸੀਂ ਪੁੱਛੋ, ਅਫਸਰ ਨੂੰ ਸਰਕਾਰ ਪੁੱਛ ਸਕਦੀ ਹੈ ਕਿ ਤੁਸੀਂ ਇਹ ਕਿਉਂ ਨਹੀਂ ਕੀਤਾ, ਇਹ ਕੰਮ ਸਹੀ ਤਰੀਕੇ ਨਾਲ ਕਿਉਂ ਨਹੀਂ ਕੀਤਾ, ਜੋ ਪ੍ਰੋਸੀਜਰ ਫਾਲੋ ਕਿਉਂ ਨਹੀਂ ਕੀਤਾ? ਜ਼ਰੂਰ ਪੁੱਛਾਂਗੇ ਜੀ। ਪੁੱਛੋਗੇ ਕਿਸ ਤਰ੍ਹਾਂ ਦੇ ਨਾਲ? ਸਾਨੂੰ ਕਿਵੇਂ ਪਤਾ ਲੱਗਿਆ ਕਿ ਤੁਸੀਂ ਪੁੱਛਿਆ? ਬਿਲਕੁਲ ਪੁੱਛਾਂਗੇ, ਸੀਐਮ ਸਾਹਿਬ ਨਾਲ ਗੱਲ ਕਰਾਂਗੇ ਵੀ ਇਹ ਕੀ ਹੈ, ਇਸ ਤਰ੍ਹਾਂ ਦਾ ਕਾਲਮ ਖਾਲੀ ਕਿਉਂ ਰਿਹਾ ਹੈਗਾ। ਜੀ ਸ਼ੇਰਗਿੱਲ ਜੀ ਕਹਿਣਾ ਚਾਹੁੰਦੇ ਕੁਝ? ਹਾਂ, ਮੈਨੂੰ ਕਾਈਂਡਲੀ ਇੱਕ ਮਿੰਟ ਮਿਲ ਸਕਦਾ ਜੀ? ਹਾਂਜੀ ਹਾਂਜੀ। ਹੁਣ ਦੇਖੋ, ਸ਼ਰੇਆਮ ਇਹ ਜੁਡੀਸ਼ੀਅਲ ਇਨਕੁਆਇਰੀ ਤੋਂ ਭੱਜ ਰਹੇ ਨੇ। ਤੁਸੀਂ ਬਲਵਿੰਦਰ ਜੀ ਅੱਜ ਗੱਲ ਕੀਤੀ ਅਫਸਰ ਨੇ ਨੀ ਦੱਸਣਾ। ਇਹ ਪ੍ਰਕਾਸ਼ ਸਿੰਘ ਬਾਦਲ, ਸੁਖਬੀਰ ਸਿੰਘ ਬਾਦਲ, ਵਿਕਰਮ ਮਜੀਠੀਆ, ਆਦੇਸ਼ ਪ੍ਰਤਾਪ ਕਹਿਰੋਂ, ਹਰਸਿਮਰਤ ਬਾਦਲ, ਇਹ ਜਿਹੜੇ ਬਾਦਲ ਪਰਿਵਾਰ ਦੇ ਮੈਂਬਰ ਸੀ, ਇਹੀ ਟਰੈਵਲ ਕਰਦੇ ਰਹੇ ਆ। ਇਹ ਇਨਕੁਆਇਰੀ ਹੋਊਗੀ ਕਿ ਕਿਸ ਡੇਟ ਤੇ ਉਹਨਾਂ ਨੇ ਜਿਹੜੀਆਂ ਇਹ ਏਅਰ ਟਰੈਵਲ ਕੀਤਾ, ਕਿਉਂਕਿ ਦੀਜ਼ ਆ ਚਾਰਟਰਡ ਫਲਾਈਟਸ, ਇਹ ਸਪੈਸ਼ਲ ਫਲਾਈਟਸ ਹੈਗੀਆਂ, ਤਾਂ ਹੀ ਇੰਨਾ ਜ਼ਿਆਦਾ ਖਰਚਾ ਹੈ। ਉਹ ਕਿਸ ਪਰਪਸ ਵਾਸਤੇ ਖਰਚਾ ਹੋਇਆ? ਜੇ ਕੋਈ ਵੀ ਖਰਚਾ ਇਹੋ ਜਿਹਾ ਹੋਇਆ ਜਿਹੜਾ ਕਿ ਪਬਲਿਕ ਦੇ ਕੰਮ ਦੇ ਵਾਸਤੇ ਨਹੀਂ ਹੋਇਆ, ਇਹਨਾਂ ਦੇ ਕਿਸੇ ਪ੍ਰਾਈਵੇਟ ਕੰਮ ਵਾਸਤੇ, ਇਹਨਾਂ ਦੇ ਕਿਸੇ ਪ੍ਰਾਈਵੇਟ ਪੋਲੀਟੀਕਲ ਪਾਰਟੀ ਨੂੰ ਪ੍ਰਮੋਟ ਕਰਨ ਵਾਸਤੇ, ਕਿਸੇ ਨੂੰ ਹੋਰ ਆਪਣੇ ਪਰਸਨਲ ਕਿਸੇ ਕੰਮ ਵਾਸਤੇ ਹੋਇਆ, ਇਮੀਡੀਏਟਲੀ ਇਹ ਬਹੁਤ ਵੱਡੀ ਇਲੀਗੈਲਿਟੀ ਆ, ਇਹ ਬਹੁਤ ਵੱਡਾ ਕ੍ਰਾਈਮ ਹੈਗਾ, ਤੇ ਦਿਸ ਗਵਰਨਮੈਂਟ ਹੈਜ਼ ਟੂ ਇਮੀਡੀਏਟਲੀ ਰਿਜ਼ਾਈਨ। ਤਾਂ ਹੀ ਕਰਕੇ ਇਹ ਜੁਡੀਸ਼ੀਅਲ ਇਨਕੁਆਇਰੀ ਤੋਂ ਭੱਜ ਰਹੇ ਨੇ। ਜੇ ਇਹ ਸੱਚੇ ਹੁੰਦੇ ਤਾਂ ਇਹ ਕਹਿੰਦੇ ਕਿ ਅਸੀਂ ਜੁਡੀਸ਼ੀਅਲ ਇਨਕੁਆਇਰੀ ਵਾਸਤੇ ਤਿਆਰ ਹਾਂ, ਕਿਉਂਕਿ ਜਦੋਂ ਜੁਡੀਸ਼ੀਅਲ ਇਨਕੁਆਇਰੀ ਹੋਊਗੀ ਉਦੋਂ ਜਿਹੜਾ ਇਹ 50 ਕਰੋੜ ਰੁਪਏ ਦਾ ਖਰਚਾ ਹੋਇਆ, ਕੱਲੇ ਜਿਹੜੀ ਫਲਾਈਟ ਆ ਉਹਦਾ ਵੇਰਵਾ ਸਾਹਮਣੇ ਆਊਗਾ, ਤੇ ਉਹਦੇ ਚੋਂ ਬਿਲਕੁਲ ਇਹ ਗਿਲਟੀ ਫਾਊਂਡ ਹੋਣਗੇ ਜੋ ਇਹ ਸਾਰਾ ਕੁਝ ਹੋਇਆ, ਕਿਉਂਕਿ ਸਾਰਾ ਪੰਜਾਬ ਜਾਣਦਾ ਹੈ ਕਿ ਕਿੰਨਾ ਮਿਸਯੂਜ਼ ਇਹਨਾਂ ਨੇ ਐਰੋਪਲੇਨਸ ਦਾ ਕੀਤਾ ਹੈ, ਇਹ ਕਾਹਦੇ ਵਾਸਤੇ ਉਹਨੂੰ ਯੂਜ਼ ਕਰਦੇ ਰਹੇ ਆ, ਕਿੱਥੇ ਕਿੱਥੇ ਜਾਣ ਵਾਸਤੇ ਯੂਜ਼ ਕਰਦੇ ਰਹੇ ਆ, ਹਰ ਚੀਜ਼ ਵਾਸਤੇ ਸਾਰੇ ਪਰਿਵਾਰ ਨੇ ਉਹਨੂੰ ਪਰਸਨਲ ਯੂਜ਼ ਵਾਸਤੇ ਕੀਤਾ ਹੈ। ਸੋ ਆਮ ਆਦਮੀ ਪਾਰਟੀ ਵਿਦ ਆਲ ਵਰਡ ਐਟ ਦੇਅਰ ਕਮਾਂਡ, ਵੀ ਡਿਮਾਂਡ ਅ ਜੁਡੀਸ਼ੀਅਲ ਇਨਕੁਆਇਰੀ, ਤੇ ਜੇ ਜੁਡੀਸ਼ੀਅਲ ਇਨਕੁਆਇਰੀ ਤੋਂ ਭੱਜਦੇ ਆ, ਦੈਟ ਮੀਨਸ ਦੇ ਆਰ ਗਿਲਟੀ। ਮਨਜੀਤ ਸਿੰਘ ਰਾਏ ਜੀ, ਇੱਕ ਜਿਹੜੇ ਕਾਲਰ ਵੀ ਸਾਡੇ ਨਾਲ ਜੁੜੇ ਸੀ, ਉਹਨਾਂ ਨੇ ਵੀ ਕਿਹਾ ਕਿ ਡੇਰਿਆਂ ਦੇ ਵੀ ਗੇੜੇ ਲੱਗਦੇ ਆ, ਤੁਸੀਂ ਇਹ ਵੀ ਮੰਨਦੇ ਹੋ ਕਿ ਪਾਰਟੀ ਦੇ ਕੰਮਾਂ ਲਈ ਵੀ ਜਾਇਆ ਜਾਂਦਾ ਆਗੂਆਂ ਵੱਲੋਂ ਕਿਤੇ ਨਾ ਕਿਤੇ, ਤਾਂ ਉਹ ਸਰਕਾਰੀ ਕੰਮ ਨਹੀਂ ਹੁੰਦਾ, ਤਾਂ ਉਹ ਜੇ ਉਸ ਲਈ ਵੀ ਹੋਇਆ ਤਾਂ ਉਹ ਮਿਸਯੂਜ਼ ਮੰਨੋਗੇ ਜਾਂ ਨਹੀਂ ਮੰਨੋਗੇ? ਮੈਂ ਨਹੀਂ, ਜਦੋਂ ਆਪਾਂ ਕਿਸੇ ਡਿਵੈਲਪਮੈਂਟ ਲਈ ਜਾਂਦੇ ਹਾਂ ਤੇ ਆਪਾਂ ਪਿੰਡਾਂ ਦੀ ਡਿਵੈਲਪਮੈਂਟ ਲਈ ਵੀ ਜਾਂਦੇ, ਉਦੋਂ ਲੋਕਾਂ ਨੂੰ ਵੀ ਮਿਲਦੇ ਆ। ਜੇ ਕਿਸੇ ਡੇਰੇ ਤੇ ਵੀ ਗਏ ਆ ਤੇ ਉੱਥੇ ਵੀ ਲੋਕ ਹੀ ਨੇ, ਉੱਥੇ ਕਿਸੇ ਜਨਤਾ ਦੇ ਕੰਮ ਵਾਸਤੇ ਗਏ ਨੇ, ਕੋਈ ਉਹ ਆਪਦੇ ਨਿੱਜੀ ਫਵਾਦ ਵਾਸਤੇ ਥੋੜੀ ਗਏ ਆ। ਪਾਰਟੀ ਦੇ ਜਿਹੜੇ ਪਾਰਟੀ ਦੇ ਕੰਮ ਹੁੰਦੇ ਆ, ਪਾਰਟੀ ਦੀ ਪ੍ਰਮੋਸ਼ਨ ਹੁੰਦੀ ਹੈ। ਦੇਖੋ, ਜਿਹੜੀ ਜੇ ਇੱਕ ਤਾਂ ਤੁਸੀਂ ਬੀਜੇਪੀ ਦੇ ਪ੍ਰਚਾਰ ਲਈ ਕਿਤੇ ਜਾ ਰਹੇ ਹੋ, ਜਾਂ ਫਿਰ ਤੁਸੀਂ ਸਰਕਾਰੀ ਕੰਮ ਲਈ ਜਾ ਰਹੇ ਹੋ, ਜਾਂ ਫਿਰ ਅਕਾਲੀ ਦਲ ਦਾ ਕੋਈ ਆਗੂ ਉਹ ਅਕਾਲੀ ਦਲ ਦੇ ਪ੍ਰਚਾਰ ਲਈ ਜਾ ਰਿਹਾ ਜਾਂ ਸਰਕਾਰੀ ਕੰਮ ਲਈ ਜਾ ਰਿਹਾ, ਦੋਨਾਂ 'ਚ ਫਰਕ ਹੁੰਦਾ? ਬਿਲਕੁਲ ਫਰਕ ਹੁੰਦਾ ਜੀ, ਸਰਕਾਰੀ ਕੰਮ। ਉਹੀ ਤਾਂ ਇਸ ਸਵਾਲ ਤੁਹਾਨੂੰ ਪੁੱਛ ਰਿਹਾ ਕਿ ਪਤਾ ਕਿਵੇਂ ਲੱਗੇਗਾ ਕਿ ਕਦੋਂ ਕਿਸ ਪਰਪਸ ਲਈ ਹੋਇਆ ਇਸਤੇਮਾਲ? ਬਕਾਇਦਾ ਜਿਹੜੀ ਟੀਪੀਐਮ ਜਾਂਦੀ ਹੈ ਵੀ ਇਹ ਮਿਨਿਸਟਰ ਇੱਥੋਂ ਇੱਥੇ ਜਾ ਰਿਹਾ, ਕੋਈ ਲੁਕ ਛਿਪ ਕੇ ਤਾਂ ਜਾ ਨਹੀਂ ਸਕਦਾ ਕਿਤੇ, ਨਾ ਲੁਕ ਛਿਪ ਕੇ ਮਿਨਿਸਟਰ ਜਾ ਸਕਦਾ, ਨਾ ਡਿਪਟੀ ਚੀਫ ਮਿਨਿਸਟਰ ਜਾ ਸਕਦਾ, ਸਾਰਿਆਂ ਦਾ, ਸਾਰੇ ਆਫੀਸਰਸ ਨੂੰ ਉਹਨਾਂ ਦਾ ਰੂਟ ਦਾ ਪਤਾ ਹੁੰਦਾ, ਜਾਣ ਦਾ ਪਤਾ ਹੁੰਦਾ, ਮੋਡ ਆਫ ਵਹੀਕਲ ਦਾ ਪਤਾ ਹੁੰਦਾ, ਇਹ ਸਾਰੀਆਂ ਚੀਜ਼ਾਂ ਦੀ ਜਾਣਕਾਰੀ ਲੋਕਾਂ ਨੂੰ ਵੀ ਹੁੰਦੀ, ਕਿਉਂਕਿ ਜਿੱਥੇ ਜਿੱਥੇ ਨਹੀਂ ਲੋਕਾਂ ਨੂੰ ਨਹੀਂ ਹੁੰਦੀ। ਮਨਜੀਤ ਸਿੰਘ ਰਾਏ ਜੀ, ਲੋਕਾਂ ਨੂੰ ਨਹੀਂ ਹੁੰਦੀ ਕਿ ਕਿੰਨਾ ਖਰਚਾ, ਇਹ ਚੀਜ਼ ਤੁਸੀਂ ਕਿਵੇਂ ਦਾਅਵਾ ਕਰ ਸਕਦੇ ਹੋ? ਲੋਕਾਂ ਨੂੰ ਕਿਵੇਂ ਪਤਾ ਲੱਗਿਆ ਕਿੰਨਾ ਖਰਚਾ ਕਿੱਥੋਂ ਜਾਣ ਤੇ ਹੋਇਆ, ਕਿਹੜੇ ਵੇਲੇ ਕੋਈ ਕਿਸ ਨੇ ਚਾਰਟਰਡ ਫਲਾਈਟ ਯੂਜ਼ ਕੀਤੀ ਜਾਂ ਕਿਸੇ ਨੇ ਜਿਹੜੀ ਉਹ ਫਲਾਈਟ ਯੂਜ਼ ਕੀਤੀ ਜਿਸਦੇ ਵਿੱਚ ਆਮ ਲੋਕ ਬੈਠੇ ਹੋਏ ਆ, ਇਹ ਲੋਕਾਂ ਨੂੰ ਕਿਸ ਤਰ੍ਹਾਂ ਪਤਾ ਲੱਗੇਗਾ? ਤਾਂ ਆਰਟੀਆਈ ਦੇ ਜ਼ਰੀਏ ਚਲੋ ਨਿਕਲ ਆਈ ਹੈ ਗੱਲ। ਮਨਜੀਤ ਸਿੰਘ ਰਾਏ ਜੀ, ਇੱਕ ਜਿਹੜਾ ਸਵਾਲ ਇਸਦੇ ਵਿੱਚ ਜਿਹੜਾ ਸਿੱਧਾ ਸਿੱਧਾ ਤੁਸੀਂ ਕਿਹਾ ਕਿ ਮੈਂ ਮੁੱਖ ਮੰਤਰੀ ਨਾਲ ਗੱਲ ਕਰੂੰਗਾ, ਕੀ ਉਸ ਦੇ ਵਿੱਚ ਕਿਸ ਤਰ੍ਹਾਂ ਦੇ ਤੁਸੀਂ ਭਰੋਸਾ ਦੇ ਰਹੇ ਹੋ ਸਾਨੂੰ? ਫਿਰ ਮੈਂ ਇਹ ਗੱਲ ਚਾਹੁੰਦਾ ਕਿ ਜਿਹੜਾ ਸਰਕਾਰ ਦੇ ਕੰਮਾਂ ਵਾਸਤੇ ਕੋਈ ਵੀ ਵਿਅਕਤੀ ਹੈ, ਉਹਨੂੰ ਕੰਮ ਕਰਨ ਲਈ ਸਮਾਂ ਬਚਾ ਕੇ ਇਫੈਕਟਿਵਲੀ ਕੰਮ ਕਰਨਾ ਚਾਹੀਦਾ ਹੈ, ਚਾਹੇ ਉਹ ਮੰਤਰੀ ਹੋਵੇ, ਚਾਹੇ ਉਹ ਡਿਪਟੀ ਸੀਐਮ ਹੋਵੇ, ਚਾਹੇ ਉਹ ਮੁੱਖ ਮੰਤਰੀ ਜੀ ਹੋਣ, ਤੇ ਇਸ ਜੇ ਅਗਰ ਕਿਸੇ ਨੇ ਆਪਣੇ ਨਿੱਜੀ ਮਫਾਦ ਲਈ ਵਰਤਿਆ,
ਉਸ ਵਾਸਤੇ ਅਸੀਂ ਜ਼ਰੂਰ ਗੱਲ ਕਰਾਂਗੇ। ਕਿਸ ਉਹ ਕਿਸ ਤਰ੍ਹਾਂ ਪਤਾ ਲੱਗੇਗਾ? ਮੇਰੇ ਕੋਲ ਜਾਣਕਾਰੀ ਹੈ। ਉਹ ਕਿਸ ਤਰ੍ਹਾਂ ਪਤਾ ਲੱਗੇਗਾ ਉਹਨਾਂ ਨੇ? ਹਾਂਜੀ, ਉਹ ਪਤਾ ਕਿਵੇਂ ਲੱਗੇਗਾ? ਮੈਂ ਤਾਂ ਪਹਿਲਾਂ ਹੀ ਕਿਹਾ ਕਿ ਜਿਹੜਾ ਮਿਨਿਸਟਰ ਇਜ਼ ਦਾ ਪਬਲਿਕ ਸਰਵੈਂਟ ਐਂਡ ਹੀ ਹੈਜ਼ ਟੂ ਦਾ ਡਿਊਟੀ ਫਾਰ ਦੀ ਪੀਪਲ। ਲੋਕਾਂ ਵਾਸਤੇ ਉਹਨੇ ਲੋਕਾਂ ਦੀ ਡਿਊਟੀ ਕਰਨੀ ਹੈ, ਲੋਕਾਂ ਦੀ ਸੇਵਾ ਵਿੱਚ ਹਰ ਵੇਲੇ ਰਹਿਣਾ ਹੈ, 18-18 ਘੰਟੇ ਕੰਮ ਕਰਨਾ ਹੈ। ਤੋ ਉਹ ਬੰਦਾ ਜਾ ਰਿਹਾ ਹੈ ਤਾਂ ਨੇਚਰਲੀ ਉਹ ਸਰਕਾਰ ਦੇ ਕੰਮ ਜਾ ਰਿਹਾ, ਆਪਣੇ ਕੰਮ ਤਾਂ ਜਾ ਹੀ ਨਹੀਂ ਰਿਹਾ। ਜੇ ਸੈਂਟਰ ਦੇ ਮਿਨਿਸਟਰ ਇੱਥੇ ਆਏ ਸੀਗੇ, ਕਿਆ ਉਹ ਕਿਸੇ ਸ਼ਾਦੀ 'ਚ ਆਏ ਸੀਗੇ? ਕਿਆ ਉਹ ਜਦੋਂ ਸੈਂਟਰ ਦੇ ਮਿਨਿਸਟਰ ਕਿਤੇ ਜਾਂਦੇ ਆ ਤਾਂ ਸੈਂਟਰ ਦਾ ਖਰਚਾ ਹੁੰਦਾ, ਤਾਂ ਉਸਦਾ ਪੇ ਜਿਹੜਾ ਖਰਚਾ ਸੈਂਟਰ ਨੇ ਪੇ ਕਰਨਾ ਹੁੰਦਾ, ਨਾ ਕਿ ਪੰਜਾਬ ਨੇ। ਪਰ ਇੱਥੇ ਪੰਜਾਬ ਦੇ ਵੱਲੋਂ ਪੇ ਹੋਇਆ, ਪੰਜਾਬ ਨੇ ਪੇ। ਬਾਲੀ ਜੀ, ਤੁਸੀਂ ਕੁਝ ਨਵਾਂ ਐਡ ਕਰਨਾ ਚਾਹੁੰਦੇ ਹੋ? ਮੈਂ ਤੁਹਾਡੇ ਕੋਲ ਇਸ ਕਰਕੇ ਆਇਆ ਜੀ, ਆਪਾਂ ਕਿਸਾਨਾਂ ਦਾ ਗੇਹੂੰ ਨੀ ਚੁੱਕਿਆ ਜਾ ਰਿਹਾ, ਕਣਕ ਨੀ ਚੁੱਕੀ ਜਾ ਰਹੀ, ਉਹ ਸੜਕਾਂ ਤੇ ਬੈਠੇ ਹੈਗੇ ਨੇ। ਆਪਾਂ ਨੂੰ ਸੱਚਾਈ ਨੂੰ ਮੰਨਣਾ ਚਾਹੀਦਾ ਕਿ ਸਾਡੇ ਨਾਲ ਕਿੰਨੀ ਬੇਨਿਆਈ ਹੋ ਰਹੀ ਹੈ ਪੰਜਾਬ ਦੇ ਅੰਦਰ। ਤੁਸੀਂ ਦੇਖੋ ਆਲ ਇੰਡੀਆ ਦੇ ਬੈਂਕ, ਆਹ ਬੈਂਕ ਸਾਡੇ ਲਾਲ ਸਿੰਘ ਜੀ ਨੇ ਪਰਸੋਂ ਗੱਲ ਕੀਤੀ ਹੈ ਪ੍ਰੈਸ ਕਾਨਫਰੰਸ ਦੇ ਵਿੱਚ ਸਾਡੇ ਸੀਨੀਅਰ ਨੇਤਾ ਨੇ, ਕਿ ਦੇਖੋ ਆਲ ਬੈਂਕ ਜਿਹੜੇ ਨੇ ਹਿੰਦੁਸਤਾਨ ਦੇ, ਉਹਨਾਂ ਨੇ ਡਿਨਾਈ ਕਰਤਾ ਸੀ ਲਿਮਿਟ ਦੇਣ 'ਚ ਇਹਨਾਂ ਨੂੰ। ਤੁਸੀਂ ਇਹ ਦੇਖੋ ਪੰਜਾਬ ਦੀ ਹਾਲਤ ਇਹ ਹੋ ਗਈ ਹੈ, ਔਰ ਆਪਾਂ ਜਹਾਜ਼ਾਂ 'ਤੇ ਸੈਰ ਕਰ ਰਹੇ ਹਾਂ, ਸਾਨੂੰ ਉਹਨਾਂ ਕਿਸਾਨਾਂ ਦਾ ਬਿਲਕੁਲ ਕੋਈ ਹਮਦਰਦੀ ਨਹੀਂ ਹੈਗੀ ਅਸੀਂ ਉਹਨਾਂ ਦੇ। ਅਸੀਂ ਤਾਂ ਮੁੱਦੇ ਦੀ ਗੱਲ ਆਹ ਕਰਨਾ ਚਾਹ ਰਹੇ ਹਾਂ ਜਿਹੜੀ ਤੁਸੀਂ ਗੱਲ ਉਠਾਈ ਹੈ। ਆਪਾਂ ਨੂੰ ਹੁਣ ਐਸ਼ ਪ੍ਰਤੀ ਛੱਡਣੀ ਚਾਹੀਦੀ ਹੈ। ਸਾਡੇ ਕੋਲ ਅੱਜ 6 ਮਹੀਨੇ ਜਾਂ 8 ਮਹੀਨੇ ਪਏ ਨੇ, ਉਹਨਾਂ ਦਾ ਧਿਆਨ ਰੱਖੋ ਜਿਹੜੇ ਸਾਡੇ ਅੰਨਦਾਤਾ ਨੇ, ਜਿਹੜੇ ਸਾਡੇ ਕਿਸਾਨ ਨੇ, ਠੀਕ ਹੈ, ਸਾਡੇ ਸਾਡੇ ਇੰਪਲੋਈਜ਼ ਨੇ ਪੰਜਾਬ ਦੇ, ਤੁਹਾਡਾ ਮੈਸੇਜ ਆ ਗਿਆ, ਕਲੀਅਰ ਵੀ ਆ ਗਿਆ ਜੀ ਬਾਲੀ। ਸਾਨੂੰ ਉਹਨਾਂ ਤੇ ਉਹਨਾਂ ਦਾ ਸਾਡੀ ਸ਼ੇਰਗਿਰ ਜੀ, ਆਖਰੀ ਕਮੈਂਟ ਤੁਹਾਡਾ, ਫਿਰ ਮੈਂ ਰਾਜੀ ਕੋਲ ਆਖਰੀ ਕਮੈਂਟ ਲੈਣਾ ਚਾਹੂੰਗਾ। ਟਰਸਟ ਕੌਣ ਹੈ? ਮਨਜੀਤ ਜੀ ਆਉਂਗਾ ਮੈਂ, ਲਾਸਟ ਮਿੰਟ ਤੁਹਾਡੇ ਤੋਂ ਲਵਾਂਗਾ, ਪਹਿਲਾਂ ਸ਼ੇਰਗਿਰ ਜੀ ਤੋਂ ਜੀ। ਸ਼ੇਰਗਿਰ ਜੀ, ਲਾਸਟ ਕਮੈਂਟ ਤੁਹਾਡਾ ਚਾਹੂੰਗਾ ਛੋਟਾ ਜਿਹਾ। ਗੱਲ ਤੁਹਾਡੇ ਚੈਨਲ ਜ਼ਰੀਏ ਕਹਿਣਾ ਚਾਹੁੰਦਾ ਹੈ ਕਿ ਅੱਜ ਬਹੁਤ ਅੱਜ ਇੱਕ ਬਹੁਤ ਵੱਡਾ ਟੱਕਾ ਹੋਇਆ ਹੈ ਕਿ ਜ਼ੀ ਚੈਨਲ ਜਿਹੜਾ ਹੈਗਾ ਜ਼ੀ ਪੰਜਾਬ, ਉਹਨੂੰ ਕੇਬਲ ਤੋਂ ਇਹਨਾਂ ਨੇ, ਕਿਉਂਕਿ ਜ਼ੀ ਪੰਜਾਬ ਬਿਲਕੁਲ ਲੋਕਾਂ ਦੀ ਆਵਾਜ਼, ਆਮ ਆਦਮੀ ਦੀ ਆਵਾਜ਼ ਦਿਖਾ ਰਿਹਾ ਸੀਗਾ, ਅੱਜ ਕੇਬਲ ਤੋਂ ਇਹਨਾਂ ਨੇ ਬਲੈਕਆਊਟ ਕਰਤਾ ਹੈ ਜ਼ੀ ਨੂੰ। ਮੈਨੂੰ ਬਹੁਤ ਸਾਰੇ ਹੁਣੇ ਮੈਸੇਜ ਆ ਰਹੇ ਆ ਕਿ ਜੀ ਅਸੀਂ ਅੱਜ ਤੁਹਾਡਾ ਨਹੀਂ ਦੇਖ ਸਕਦੇ, ਕਿਉਂਕਿ ਇਹਨਾਂ ਨੇ ਜ਼ੀ ਨੂੰ ਇਹਨਾਂ ਨੇ ਬਲੈਕਆਊਟ ਕਰਤਾ ਹੈ। ਪੰਜਾਬ ਦੇ ਵਿੱਚ ਮੀਡੀਆ ਐਮਰਜੈਂਸੀ ਲੱਗ ਚੁੱਕੀ ਆ ਅਤੇ ਉਹਦੇ ਵਾਸਤੇ ਬਾਦਲ ਰਿਸਪੋਂਸੀਬਲ ਨੇ, ਪਰ ਮੈਂ ਸਲੂਟ ਕਰਦਾ ਜ਼ੀ ਪੰਜਾਬ ਨੂੰ ਜਿਨ੍ਹਾਂ ਨੇ ਸੱਚ ਦੀ ਆਵਾਜ਼ ਹਮੇਸ਼ਾ ਚੁੱਕੀ ਆ, ਅਤੇ ਤੁਹਾਡੇ ਜਿਹੜੇ ਹੈਗੇ ਆ ਬੌਸ ਦਿਨੇਸ਼ ਜੀ, ਉਹਨਾਂ ਨੇ ਵੀ ਜਿਵੇਂ ਇਸ ਚੈਨਲ ਨੂੰ ਨੰਬਰ 1 ਚੈਨਲ ਬਣਾਇਆ, ਕਿਉਂਕਿ ਇਹ ਸੱਚ ਦਿਖਾ ਰਿਹਾ ਸੀਗਾ। ਅੱਜ ਇਹ ਸੱਚ ਦੀ ਲੜਾਈ ਦੇ ਵਿੱਚ ਤੁਹਾਨੂੰ ਸਫ਼ਰ ਕਰਨਾ ਪੈ ਰਿਹਾ ਹੈ, ਤੁਹਾਡੇ ਨਾਲ ਧੱਕਾ ਹੋ ਰਿਹਾ ਹੈ, ਇਹ ਪੰਜਾਬੀਆਂ ਨਾਲ ਧੱਕਾ ਹੈ। ਅੱਜ ਮੈਂ ਆਮ ਆਦਮੀ ਪਾਰਟੀ ਦੇ ਐਜ਼ ਆ ਆਮ ਆਦਮੀ ਪਾਰਟੀ ਸਪੋਕਸਪਰਸਨ ਕਹਿੰਦਾ ਹੈ, ਹਰ ਆਮ ਆਦਮੀ ਇਸ ਧੱਕੇ ਦੇ ਖਿਲਾਫ ਮਸ਼ਾਲਾਂ ਲੈ ਕੇ ਖੜਾ ਰਹੇਗਾ, ਅਤੇ ਜ਼ੀ ਪੰਜਾਬ ਦੇ ਨਾਲ ਜਿਹੜਾ ਧੱਕਾ ਹੋਇਆ ਹੈ ਉਹਦੇ ਵਾਸਤੇ ਪੂਰਾ ਅਸੀਂ ਇੱਥੇ ਅੰਦੋਲਨ ਕਰਾਂਗੇ, ਇਹਨਾਂ ਨੂੰ ਐਕਸਪੋਜ਼ ਕਰਾਂਗੇ ਜਿਹੜਾ ਇਹਨਾਂ ਨੇ ਅੱਜ ਇਹ ਧੱਕਾ ਕੀਤਾ, ਕਿਉਂਕਿ ਜ਼ੀ ਪੰਜਾਬੀ ਚੈਨਲ ਸੱਚ ਦੀ ਆਵਾਜ਼ ਲੋਕਾਂ ਸਾਹਮਣੇ, ਆਮ ਆਦਮੀਆਂ ਦੀ ਆਵਾਜ਼। ਜੀ ਧੰਨਵਾਦ ਤੁਹਾਡਾ। ਮੈਂ ਅੱਜ ਰਾਏ ਜਿਹੜੀ ਮੈਂ ਆਖਰੀ ਤੁਹਾਡੇ ਤੋਂ, ਮਨਜੀਤ ਸਿੰਘ ਰਾਏ ਜੀ ਤੁਹਾਡੇ ਕੋਲ, ਇਸ ਜਿਹੜਾ ਅੱਜ ਦਾ ਮੁੱਦਾ ਉਸਦੇ ਉੱਪਰ ਮੈਂ ਉਸਦੇ ਉੱਪਰ ਗੱਲ ਆਖਰੀ ਕਮੈਂਟ ਤੁਹਾਡੇ ਤੋਂ ਲੈਣਾ ਚਾਹੂੰਗਾ। ਜਿਸ ਤਰ੍ਹਾਂ ਤੁਸੀਂ ਕਿਹਾ ਕਿ ਜੇ ਉਹ ਗਲਤ ਜਿਹੜਾ ਨਿੱਜੀ ਕੰਮ ਲਈ ਇਸਤੇਮਾਲ ਹੋਇਆ ਤਾਂ ਫਿਰ ਉਹ ਗਲਤ ਹੋ ਸਕਦਾ, ਤਾਂ ਇਹ ਪਤਾ ਕਿਵੇਂ ਲੱਗਿਆ? ਇੱਕ ਵਾਰ ਆਖਰੀ ਕਮੈਂਟ ਤੁਸੀਂ ਦੱਸ ਦਿਓ, ਮੈਂ ਉਸ ਤੋਂ ਬਾਅਦ ਅਸੀਂ ਇਸ ਨੂੰ ਕਲੋਜ਼ਿੰਗ ਅਸੀਂ ਕਰਨੇ ਚਾਹੁੰਦੇ ਪ੍ਰੋਗਰਾਮ ਦੇ। ਬਿਲਕੁਲ ਮੈਂ ਤੁਹਾਨੂੰ ਕਿਹਾ ਹੈ ਕਿ ਅਸੀਂ ਸੀ ਐਮ ਸਾਹਿਬ ਨੂੰ ਮਿਲ ਕੇ ਉਹਨਾਂ ਨੂੰ ਬੇਨਤੀ ਕਰਾਂਗੇ ਕਿ ਇਸ ਤਰ੍ਹਾਂ ਦੀ ਗੱਲ ਜਿਹੜੀ ਹੈ ਕੋਈ ਹੈ, ਪਹਿਲੀ ਗੱਲ ਤਾਂ ਇਸ ਤਰ੍ਹਾਂ ਹੋ ਨਹੀਂ ਸਕਦਾ, ਕਿਉਂਕਿ ਮੰਤਰੀ ਦੇ ਜਾਣ ਦਾ ਇੱਕ ਸਿਸਟਮ ਹੁੰਦਾ, ਡਿਪਟੀ ਸੀ ਐਮ ਦੇ ਜਾਣ ਦਾ ਇੱਕ ਸਿਸਟਮ ਹੁੰਦਾ, ਉਹਦੇ 'ਚ ਬਕਾਇਦਾ ਸਾਰੇ ਬਲੌਕ ਭਰੇ ਜਾਂਦੇ ਆ ਔਰ ਜਾਣ ਦੇ ਕਿਸੇ ਪਾਰਟੀ ਦੀ ਕੋਈ ਗੱਲ ਨੀ ਕਰਨਾ ਚਾਹੁੰਦਾ, ਮੈਂ ਸਿਰਫ ਅੱਜ ਦੇ ਮੁੱਦੇ ਦੀ ਗੱਲ ਕਰਨਾ ਚਾਹੁੰਦਾ ਤੁਹਾਡੇ ਤੋਂ। ਕੀ ਤੁਸੀਂ ਜਾਂਚ ਕਰਾਓਗੇ ਕੋਈ ਬਾਦਲ ਸਾਹਿਬ ਨੂੰ ਕਹਿ ਕੇ, ਮੁੱਖ ਮੰਤਰੀ ਜੀ ਨੂੰ ਕਹਿ ਕੇ ਆਪਣੇ ਪੱਧਰ ਤੇ ਕਰਾਓਗੇ?
ਜੇ ਤੁਸੀਂ ਕਹਿ ਰਹੇ ਅਫਸਰ ਦੀ ਗਲਤੀ ਹੈ, ਜੇ ਤੁਸੀਂ ਕਹਿ ਰਹੇ ਹੋ ਅਫਸਰ ਦੀ ਗਲਤੀ ਹੈ ਤਾਂ ਉਹ ਗਲਤੀ ਤੁਸੀਂ ਪਤਾ ਕਰੋਗੇ? ਬਿਲਕੁਲ ਪਤਾ ਕਰਾਂਗੇ। ਚਲੋ ਮੈਂ ਅਸੀਂ ਜਿਹੜੀ ਠੀਕ ਹੈ ਇਸ ਭਰੋਸੇ ਨਾਲ ਮੈਂ ਧੰਨਵਾਦ ਕਰੂੰਗਾ ਸਾਰੇ ਮਹਿਮਾਨਾਂ ਦਾ। ਰਵਿੰਦਰ ਬਾਲੀ ਜੀ ਬਹੁਤ ਬਹੁਤ ਧੰਨਵਾਦ ਜੀ। ਇੱਕ ਸੈਕਿੰਡ ਜੀ, ਵੀ ਵਕਤ ਦੀ ਕਮੀ ਹੈ ਬਾਲੀ ਜੀ, ਮੈਂ ਹੋਰ ਨਹੀਂ ਲੈ ਸਕਦਾ ਰਾਏ ਕਿਸੇ ਦੀ ਵੀ। ਬਹੁਤ ਬਹੁਤ ਧੰਨਵਾਦ ਮਨਜੀਤ ਸਿੰਘ ਰਾਏ ਜੀ, ਹਿੰਮਤ ਸਿੰਘ ਸ਼ੇਰਗਿੱਲ ਜੀ, ਗੁਰਿੰਦਰ ਬਾਲੀ ਜੀ ਸਾਡੇ ਨਾਲ ਜੁੜਨ ਦੇ ਲਈ। ਅਸੀਂ ਤੁਹਾਡੇ ਕੋਲੋਂ ਜਨਤਾ ਕੋਲੋਂ ਵੀ ਸਵਾਲ ਪੁੱਛਿਆ ਸੀ ਕਿ ਪੰਜਾਬ ਸਰਕਾਰ ਦੀ ਇਸ ਹਵਾਈ ਯਾਤਰਾ ਵਿੱਚ ਸੂਬੇ ਦੀ ਜਨਤਾ ਦੀ ਕਮਾਈ ਦੀ ਦੁਰਵਰਤੋਂ ਹੋਈ ਹੈ। ਸਾਨੂੰ ਤੁਹਾਡੀ ਭਰਪੂਰ ਰਾਏ ਇਸ ਦੇ ਉੱਪਰ ਮਿਲੀ ਹੈ। 97% ਦਰਸ਼ਕਾਂ ਨੇ ਆਪਣੀ ਰਾਏ ਹਾਂ ਵਿੱਚ ਭੇਜੀ ਹੈ, ਜਦਕਿ ਸਿਰਫ 3% ਲੋਕਾਂ ਦੀ ਰਾਏ ਇਸ ਵਿੱਚ ਨਾ ਵਿੱਚ ਆਈ ਹੈ। 97% ਲੋਕ ਇਹ ਮੰਨਦੇ ਨੇ ਕਿ ਹਾਂ ਇਹ ਜਨਤਾ ਦੇ ਪੈਸੇ ਦੀ, ਜੋ ਪੰਜਾਬ ਦੀ ਜਨਤਾ ਉਸਦੇ ਪੈਸੇ ਦੀ, ਉਸਦੀ ਕਮਾਈ ਦੀ ਦੁਰਵਰਤੋਂ ਹੋਈ ਹੈ। ਅਤੇ ਤੁਹਾਡੇ ਕੋਲ ਜਾਂਦੇ ਜਾਂਦੇ ਇੱਕ ਆਖਰੀ ਸੂਚਨਾ ਇੱਕ ਇਹ ਵੀ ਦੇਣਾ ਚਾਹਾਂਗੇ, ਤੁਸੀਂ ਆਪਣਾ ਮਨਪਸੰਦ ਚੈਨਲ ਜੇ ਕੇਬਲ 'ਤੇ ਨਹੀਂ ਦੇਖ ਪਾ ਰਹੇ ਹੋ ਤਾਂ ਹਰੇਕ DTH ਪਲੈਟਫਾਰਮ ਦੇ ਉੱਪਰ ਜ਼ੀ ਪੰਜਾਬ ਹਰਿਆਣਾ ਹਿਮਾਚਲ ਤੁਸੀਂ ਦੇਖ ਸਕਦੇ ਹੋ। ਡਿਸ਼ TV ਦੇ ਨੰਬਰ 805 ਦੇ ਉੱਪਰ ਅਵੇਲੇਬਲ ਹੈ ਜ਼ੀ ਪੰਜਾਬ ਹਰਿਆਣਾ ਹਿਮਾਚਲ। ਏਅਰਟੈੱਲ ਡਿਜੀਟਲ TV ਦੇ 582 ਨੰਬਰ ਦੇ ਉੱਪਰ ਹੈ। ਟਾਟਾ ਸਕਾਈ ਦੇ 953 ਨੰਬਰ ਦੇ ਉੱਪਰ ਤੁਸੀਂ ਆਪਣਾ ਮਨਪਸੰਦ ਚੈਨਲ ਦੇਖ ਸਕਦੇ ਹੋ। ਅਤੇ ਵੀਡੀਓਕਾਨ D2H ਦੇ ਵਿੱਚ 878 ਨੰਬਰ 'ਤੇ, ਸਨ ਡਾਇਰੈਕਟ ਦੇ ਉੱਪਰ ਵੀ ਇਹ ਚੈਨਲ ਤੁਹਾਨੂੰ ਮਿਲੇਗਾ 688 ਨੰਬਰ ਦੇ ਉੱਪਰ। ਤਾਂ ਫਿਲਹਾਲ ਜਿਹੜਾ ਅੱਜ ਦਾ ਇਹ ਮੁੱਦਾ, ਇਸ ਦੇ ਵਿੱਚ ਸਰਕਾਰ ਦੇ ਵੱਲੋਂ ਭਾਵੇਂ ਦਬੇ ਮਨ ਨਾਲ ਹੀ ਸਹੀ ਭਰੋਸਾ ਦਿੱਤਾ ਗਿਆ ਕਿ ਅਸੀਂ ਜਾਂਚ ਕਰਾਵਾਂਗੇ, ਭਾਵੇਂ ਕਿ ਉਹ ਮੰਨਣ ਨੂੰ ਤਿਆਰ ਨਹੀਂ ਸਨ ਕਿ ਜਿਹੜਾ ਇਹ ਖਰਚਾ ਹੈ ਇਹ ਹੋਇਆ ਉਹ ਸਰਕਾਰੀ ਹੋਇਆ ਜਾਂ ਨਿੱਜੀ ਕੰਮ ਲਈ ਹੋਇਆ, ਤਾਂ ਕਿਤੇ ਨਾ ਕਿਤੇ ਛੋਟਾ ਜਿਹਾ ਭਰੋਸਾ ਜ਼ਰੂਰ ਮਿਲਿਆ। ਅਸੀਂ ਉਮੀਦ ਕਰਦੇ ਕਿ ਜ਼ਰੂਰ ਗੱਲਬਾਤ ਹੋਏਗੀ, ਅਸੀਂ ਇਸ ਦੇ ਉੱਪਰ ਫੋਲੋਅਪ ਵੀ ਲੈਣ ਦੀ ਕੋਸ਼ਿਸ਼ ਕਰਾਂਗੇ। ਫਿਲਹਾਲ ਅੱਜ ਦੇ ਇਸ ਮੁੱਦੇ ਵਿੱਚ ਇੰਨਾ ਹੀ। ਧੰਨਵਾਦ।